ਸਤਿ ਸ੍ਰੀ ਅਕਾਲ ਜੀ। ਅੱਜ ਦੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਵਿਖਾ ਰਹੇ ਹਾਂ ਕਿ ਜਿਹੜੀ ਆਹ ਪਰਾਲੀ ਦੀਆਂ ਗੱਠਾਂ ਹੁੰਦੀਆਂ, ਝੋਨੇ ਦੀ ਪਰਾਲੀ ਦੀਆਂ ਗੱਠਾਂ, ਜਦੋਂ ਆਪਣੇ ਖੇਤ ਦੇ ਵਿੱਚੋਂ ਬੰਨ ਕੇ ਲਿਜਾਂਦੇ ਆ ਤਾਂ ਅਕਸਰ ਹੀ ਆਪਣੇ ਨਾ ਮਨ 'ਚ ਸਵਾਲ ਹੁੰਦਾ ਯਾਰ ਵੀ ਇਹ ਕੀ ਕਰਦੇ ਗਈ ਇਹਨਾਂ ਨੂੰ। ਅਤੇ ਅੱਜ ਆਪਾਂ ਨਾ ਤੁਹਾਨੂੰ ਜਿੱਥੇ ਇੱਥੇ ਪਲਾਟ ਦੇ ਵਿੱਚ ਵਿਖਾ ਰਹੇ ਹਾਂ ਕਿ ਜਿਹੜੀਆਂ ਇਹ ਗੱਠਾਂ ਬੱਝੀਆਂ ਹੁੰਦੀਆਂ, ਇਹਨਾਂ ਤੋਂ ਬਿਜਲੀ ਤਿਆਰ ਹੁੰਦੀ ਆ। ਪੰਜਾਬ ਵਿੱਚ ਕਾਫੀ ਪ੍ਰੋਜੈਕਟ ਇਹੋ ਜਿਹੇ ਲੱਗੇ ਹੋਏ ਆ ਅਤੇ ਅੱਜ ਆਪਾਂ ਇਸੇ ਤਰ੍ਹਾਂ ਹੀ ਇੱਕ ਐਸੇ ਜਿਹੇ ਪ੍ਰੋਜੈਕਟ ਦੇ ਵਿੱਚ ਆਏ ਹਾਂ ਜਿੱਥੇ ਤੁਸੀਂ ਇਹ ਦੇਖ ਸਕਦੇ ਹੋ ਕਿ ਕਨਵੇਅਰ ਦੇ ਰਾਹੀਂ ਉੱਪਰ ਨੂੰ ਇਹ ਗੱਠਾਂ ਜਾ ਰਹੀਆਂ ਜੀ, ਅਤੇ ਇਹਨਾਂ ਤੋਂ ਅੱਗੇ ਜਾ ਕੇ ਬਿਜਲੀ ਬਣਦੀ ਆ। ਅਤੇ ਜਿੱਥੇ ਆਪਾਂ ਇਹ ਖੜ੍ਹੇ ਹੋਏ ਨਾ, ਜਿਹੜਾ ਇਹ ਪਲਾਟ ਹੈ, ਇਹ 15 ਮੈਗਾਵਾਟ ਦਾ ਪਲਾਟ ਆ ਅਤੇ ਇਹਦੇ ਵਿੱਚ 24 ਘੰਟਿਆਂ ਦੇ ਵਿੱਚ 2 ਲੱਖ ਤੋਂ ਜ਼ਿਆਦਾ, 2 ਲੱਖ ਪਲੱਸ ਯੂਨਿਟਾਂ ਬਣ ਜਾਂਦੀਆਂ। ਅਤੇ ਇਸ ਤੋਂ ਪਹਿਲਾਂ ਆਪਾਂ ਨਾ ਇੱਕ ਵੀਡੀਓ ਪਾਈ ਸੀ ਸਿਗਮਾ ਫੀਡ ਵਾਲਿਆਂ ਦੀ, ਅਤੇ ਉਹਦੇ ਵਿੱਚ ਤੁਹਾਨੂੰ ਫੀਡ ਫੈਕਟਰੀ ਵਿਖਾਈ ਸੀਗੀ, ਉਹਦੇ ਨਾਲ ਹੋਰ ਵੀ ਇਹਨਾਂ ਦੀਆਂ ਕਾਫੀ ਫੈਕਟਰੀਆਂ, ਯਾਨੀ ਕਿ ਇਹ ਨਾ ਕਿਤੋਂ ਵੀ ਬਿਜਲੀ ਮੁੱਲ ਨਹੀਂ ਲੈਂਦੇ, ਇਸੇ ਪਰਾਲੀ ਤੋਂ ਹੀ ਬਿਜਲੀ ਤਿਆਰ ਕਰਕੇ ਫੀਡ ਫੈਕਟਰੀ ਉਹ ਚਲਾਉਂਦੇ ਆ, ਨਾਲ ਲੋਹੇ ਵਾਲੇ ਕੁਛ ਪਲਾਂਟ, ਕਾਫੀ ਜ਼ਿਆਦਾ ਫੈਕਟਰੀਆਂ ਇਹਨਾਂ ਦੀਆਂ ਜਿਹੜੀਆਂ ਇਸੇ ਪਲਾਂਟ ਦੇ ਉੱਪਰ ਉਹੀ ਚੱਲਦੀਆਂ ਇਸੇ ਪਰਾਲੀ ਦੇ ਨਾਲ ਹੀ। ਆਪਾਂ ਪੂਰਾ ਪ੍ਰੋਸੈਸ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਇਸ ਤੋਂ ਅੱਗੇ ਬਿਜਲੀ ਤਿਆਰ ਹੁੰਦੀ ਆ। ਜਿਵੇਂ ਸਭ ਤੋਂ ਪਹਿਲਾਂ ਤੁਸੀਂ ਵੇਖ ਸਕਦੇ ਹੋ ਕਿ ਟਰਾਲੀਆਂ ਜਿਹੜੀਆਂ ਖੇਤਾਂ ਦੇ ਵਿੱਚੋਂ ਆਈਆਂ, ਸਟੋਰ ਕੀਤੀ ਹੋਈ ਪਰਾਲੀ ਇੱਥੇ ਇਹ ਜਾ ਰਹੀ ਆ, ਅਤੇ ਕੁਛ ਬੰਦੇ ਜਿਹੜੇ ਉਦੋਂ ਨਾਈਲੋਨ ਦੀ ਰੱਸੀ ਹੁੰਦੀ ਆ ਇਹਨੂੰ ਕੱਢ ਰਹੇ ਇੱਥੋਂ, ਕਿਉਂਕਿ ਰੱਸੀ ਗਾਹ ਨਹੀਂ ਜਾਣ ਦਿੰਦੇ। ਅਤੇ ਇਸ ਤਰ੍ਹਾਂ ਇਹ ਪਰਾਲੀ ਦੀਆਂ ਜਿਹੜੀਆਂ ਗੱਠਾਂ ਉੱਪਰ ਜਾ ਰਹੀਆਂ, ਜਿਹੜਾ ਉਸ ਤੋਂ ਅਗਲਾ ਪ੍ਰੋਸੈਸ ਆ ਉਹ ਆਪਾਂ ਇੱਥੋਂ ਟੈਕਨੀਸ਼ੀਅਨ ਇਹਨਾਂ ਦੇ ਲਵਾਂਗੇ ਕੋਈ, ਉਹ ਆਪਾਂ ਨੂੰ ਸਾਰੀ ਡਿਟੇਲ ਆਪਾਂ ਨੂੰ ਦੇਣਗੇ ਜੀ। ਚਲੋ ਅੱਜ ਆਪਾਂ ਦੇਖਦੇ ਹਾਂ, ਆਪਾਂ ਇਹਦੇ ਉੱਪਰ ਚੱਲਦੇ ਹਾਂ ਜਿੱਥੇ ਭੱਠੀ ਚੱਲਦੀ ਆ, ਫਰਨਸ ਚੱਲਦੀ ਆ, ਅਤੇ ਇੱਥੋਂ ਦੀ ਪਰਾਲੀ ਤਾਂ ਕਨਵੇਅਰ ਜਾ ਰਿਹਾ ਹੈ ਨਾ, ਅਤੇ ਚੱਲ ਗਏ ਜੀ ਆਪਾਂ ਉੱਤੇ। ਚਲੋ ਯਾਰ ਚਲਾ ਚੱਲੀਏ, ਆਪਾਂ ਟੈਕਨੀਸ਼ੀਅਨ ਰੱਖੀ ਨਾ ਬਾਈ ਹਰਪ੍ਰੀਤ ਸਿੰਘ ਜੀ, ਹਰਪ੍ਰੀਤ ਸਿੰਘ ਆਪਣੇ ਨਾਲ ਹੋਣਗੇ ਅਤੇ ਡਿਟੇਲ ਦੇਣ ਦੇ ਲਈ, ਤੁਸੀਂ ਚਲੋ। ਉੱਪਰੋਂ ਆਉਂਦੇ ਹਾਂ ਟੋਪ ਤੋਂ, ਜੇ ਆਪਾਂ ਗੱਲ ਕਰਦੇ ਹਾਂ ਉਸ ਪਲਾਟ ਦੀ, ਤਾਂ ਇਹ ਵਾਲਾ ਜਿਹੜਾ ਪਲਾਟ ਆ ਜੀ, ਇਹ ਮੈਨੂਫੈਕਚਰ ਇੰਡੀਆ ਦੇ ਵਿੱਚ ਹੋਇਆ। ਜਿਹੜਾ ਇਹਦਾ ਡਿਜ਼ਾਇਨ ਆ ਅਤੇ ਟੈਕਨੋਲੋਜੀ ਆ ਉਹ ਡੈਨਮਾਰਕ ਦੀ ਆ। 2021 ਦੇ ਵਿੱਚ ਇਹ ਪਲਾਟ ਲੱਗਾ ਸੀ, ਅਤੇ ਇਹ ਜਿਹੜਾ ਪਲਾਟ ਆ ਇਹ ਕਈ ਮੰਜ਼ਿਲਾ ਪਲਾਟ ਆ। ਜਿਵੇਂ ਕਿ ਆਪਾਂ ਵੀਡੀਓ ਦੇ ਸ਼ੁਰੂ 'ਚ ਦੇਖਿਆ ਸੀ, ਜਿਹੜੀ ਪਰਾਲੀ ਸੀ ਉਹ ਕਨਵੇਅਰ ਦੇ ਰਾਹੀਂ ਉੱਪਰ ਨੂੰ ਜਾ ਰਹੀ ਸੀ, ਅਤੇ ਆਪਾਂ ਇਹ ਤਕਰੀਬਨ ਉੱਪਰਲੀ 4ਵੀਂ ਮੰਜ਼ਿਲ ਦੇ ਆਸ-ਪਾਸ ਆ ਚੁੱਕੇ ਹਾਂ ਜੀ। ਇਸ ਤੋਂ ਅੱਗੇ ਜਿਹੜੀ ਇਹ ਪਰਾਲੀ ਆ ਉਹ ਸਿੱਧੀ ਥੱਲੇ 2ਵੀਂ ਮੰਜ਼ਿਲ 'ਤੇ ਜਾਂਦੀ ਆ। ਜਿਹੜੀਆਂ ਰੱਸੀਆਂ ਵਗੈਰਾ ਇਸੇ ਲਈ ਖੋਲ੍ਹ ਦਿੰਦੇ ਆ ਤਾਂ ਕਿ ਜਿਹੜੀ ਪਰਾਲੀ ਡਿੱਗਦੀ ਡਿੱਗਦੀ ਆ ਉਹ ਖਿਲਰ ਜਾਵੇ। ਜਿਹੜੇ ਸ਼ੂਟ ਬਣੇ ਹੋਏ ਆ ਜਿੱਥੇ ਆਪਾਂ ਪਰਾਲੀ ਡਿੱਗਦੀ ਦੇਖੀ ਸੀ, ਹੁਣ ਇਹਦੇ ਰਾਹੀਂ ਨੀਚੇ ਆ ਕੇ ਸਟੋਕਰ ਲੱਗੇ ਹੋਏ ਨੇ। ਸਟੋਕਰ ਯਾਨੀ ਕਿ ਜਿਹਨੂੰ ਆਪਾਂ ਵਰਮ ਕਹਿੰਦੇ ਆ, ਵਰਮ ਕਹਿ ਦਿਓ ਜੀ। ਅੱਛਾ, ਆ ਮਾਲ ਨੂੰ ਅੱਗੇ ਧੱਕ ਰਹੇ ਆ, ਤੁਸੀਂ ਦੇਖ ਸਕਦੇ ਹੋ ਕਿਵੇਂ ਪ੍ਰੈਸ ਕਰਕੇ ਅੱਗੇ ਧੱਕ ਰਹੇ ਆ ਫਰਨਸ ਜੀ। ਠੀਕ ਆ, 2 ਕਨਵੇਅਰਾਂ ਲੱਗੀਆਂ ਨੇ, ਦੋਨਾਂ ਦੇ ਅਲੱਗ ਅਲੱਗ ਸ਼ੂਟਾਂ 'ਚ ਮਾਲ ਆ ਰਿਹਾ ਜੀ। ਠੀਕ ਆ, ਜਿਵੇਂ ਲੋਡ ਵੱਧਦਾ ਆ ਤਾਂ ਇਹ ਆਟੋਮੈਟਿਕਲੀ ਰਿਵਰਸ ਘੁੰਮਣ ਲੱਗ ਜਾਂਦੇ ਆ, ਉਲਟੇ ਹੋ ਜਾਂਦੇ ਆ, ਡਾਇਰੈਕਸ਼ਨ ਚੇਂਜ ਹੋ ਜਾਂਦੀ ਹੈ, ਰਿਵਰਸ ਫਾਰਵਰਡ ਚੱਲਦੇ ਨੇ। ਕਈ ਵਾਰ ਗਿੱਲੀ ਪਰਾਲੀ ਆ ਜਾਂਦੀ, ਜਾਮ ਚੋਕ ਹੋ ਜਾਂਦਾ, ਚੋਕ ਹੋ ਜਾਂਦੇ ਨੇ, ਉਦੋਂ ਫਿਰ ਇਹ ਚੀਜ਼ ਰਿਵਰਸ ਫਾਰਵਰਡ ਕਿਆ ਹੋ ਜਾਂਦਾ, ਜਾਮ ਲੱਗਣ ਤੋਂ ਪਹਿਲਾਂ ਹੀ ਇਹਨਾਂ ਨੇ ਰਿਵਰਸ ਘੁੰਮਣਾ ਸ਼ੁਰੂ ਹੋ ਜਾਣਾ ਜੀ। ਜਿਹੜੀ ਆਪਾਂ ਉੱਪਰੋਂ ਪਰਾਲੀ ਡਿੱਗਦੀ ਵੇਖੀ ਸੀ ਉਹ ਸਿੱਧੀ ਆ ਜਾਂਦੀ ਹੈ ਜੀ ਭੱਠੀ ਦੇ ਵਿੱਚ, ਫਰਨਸ ਜਿਹਨੂੰ ਆਪਾਂ ਕਹਿੰਦੇ ਹਾਂ, ਅਤੇ ਇੱਥੇ ਇਹ ਜਿਹੜੀ ਪਰਾਲੀ ਆ ਉਹ ਬਾਲੀ ਜਾਂਦੀ ਆ, ਅਤੇ ਜਿੰਨੀ ਵੀ ਇਹਦੀ ਸਵਾਹ ਹੁੰਦੀ ਆ ਉਹ ਇੱਕ ਸਾਈਡ ਦੇ ਰਾਹੀਂ ਬਾਹਰ ਕੱਢੀ ਜਾਂਦੀ ਆ। ਮੈਂ ਤੁਹਾਨੂੰ ਇੱਥੇ ਦਿਖਾਉਣਾ ਕਿ ਆਹ ਦੇਖੋ ਜੀ, ਇੱਥੇ ਜਿਹੜੀ ਇਹਦੀ ਸਵਾਹ ਇਹ ਬਾਹਰ ਡਿੱਗ ਰਹੀ ਆ, ਵਿੱਚੋਂ ਜਿਹਦਾ ਤੁਸੀਂ ਦੇਖ ਰਹੇ ਹੋ ਕਿ ਭਾਫ਼ ਨਿਕਲ ਰਹੀ ਆ, ਕਿਉਂਕਿ ਇਹਦੇ ਵਿੱਚ ਕੁਛ ਪਾਣੀ ਵੀ ਆ ਅਤੇ ਜਿਹਦੇ ਕਰਕੇ ਭਾਫ਼ ਬਣ ਕੇ ਉੱਡ ਰਹੀ ਆ, ਅਤੇ ਸਵਾਹ ਇਹਦੀ ਇੱਕ ਸਾਈਡ 'ਤੇ ਜਾ ਰਹੀ ਆ। ਇਹ ਵਾਲਾ ਇਹਦਾ ਕੈਮਰਾ ਜੀ, ਜੋ ਕਿ ਭੱਠੀ ਦੀ ਅੱਗ ਨੂੰ ਦਿਖਾਉਂਦਾ ਕਿ ਪਰਾਲੀ ਸਹੀ ਬਲ ਰਹੀ ਆ ਜਾਂ ਨਹੀਂ ਬਲ ਰਹੀ, ਕਿੰਨੇ ਟੈਂਪਰੇਚਰ 'ਤੇ ਆ, ਵਾਟਰ ਕੂਲ ਕੈਮਰਾ ਲੱਗਾ ਹੋਇਆ ਜੀ। ਇਹਦੀ ਯਾਨੀ ਕਿ ਸਕਰੀਨ ਮੈਂ ਤੁਹਾਨੂੰ ਅੱਗੇ ਇਸ ਵੀਡੀਓ ਦੇ ਵਿੱਚ ਵਿਖਾਊਂਗਾ। ਇਹ ਫੁੱਲੀ ਆਟੋਮੈਟਿਕ ਪਲਾਂਟ ਆ ਜੀ। ਅੱਗ ਨੂੰ ਬੂਸਟ ਕਰਨ ਦੇ ਲਈ ਤੁਸੀਂ ਇਹ ਵੇਖ ਰਹੇ ਹੋ ਕੁਛ ਗੇਟ ਵਾਲਾ, ਯਾਨੀ ਕਿ ਇਹਦੇ ਰਾਹੀਂ ਹਵਾ ਮਾਰੀ ਜਾਂਦੀ ਆ ਉਹਦੇ ਉੱਪਰ ਜਿੱਥੇ ਅੱਗ ਬਲਦੀ ਹੁੰਦੀ ਆ ਭੱਠੀ ਦੇ ਵਿੱਚ, ਤਾਂ ਕਿ ਅੱਗ ਦੀ ਜਿਹੜੀ ਸਪੀਡ ਆ ਉਹ ਵੱਧ ਸਕੇ, ਅਤੇ ਯਾਨੀ ਕਿ ਜਿਹੜੀ ਉੱਥੇ ਸਟੀਮ ਬਣਨੀ ਆ ਪਾਣੀ ਤੋਂ ਉਹ ਜ਼ਿਆਦਾ ਬਣ ਸਕੇ। ਅਤੇ ਇਹ ਮੈਂ ਪਲਾਟ ਨੂੰ ਮੋਟਾ ਮੋਟਾ 3 ਹਿੱਸਿਆਂ ਵਿੱਚ ਵੰਡਿਆ ਜੀ। ਪਹਿਲਾਂ ਜਿੱਥੇ ਕਿ ਪਰਾਲੀ ਅਤੇ ਅੱਗ ਬਲਦੀ ਆ, ਸਟੀਮ ਬਣਦੀ ਆ, ਅਤੇ ਜਿਹੜੀ ਸਟੀਮ ਆ ਉਸ ਤੋਂ ਅੱਗੇ ਚਲੀ ਗਈ ਜੀ ਇਹ ਦੂਜੇ ਸੈਕਸ਼ਨ ਦੇ ਵਿੱਚ। ਇਹ ਜਿਹੜਾ ਤੁਸੀਂ ਸੈਕਸ਼ਨ ਵੇਖ ਰਹੇ ਹੋ ਜਿੱਥੇ ਮੋਟੇ ਮੋਟੇ ਪਾਈਪ ਲੱਗੇ ਹੋਏ ਆ ਜੀ, ਇੱਥੇ ਸਟੀਮ ਜਾਂਦੀ ਆ,
ਤੇ ਸਟੀਮ ਬਣਾਉਣ ਦੇ ਲਈ ਇੱਥੇ ਇਹ ਵਾਲਾ ਟੈਂਕ ਆ ਜੀ ਜਿਹੜਾ ਕਿ ਪਾਣੀ ਦੇ ਨਾਲ ਭਰਿਆ ਹੁੰਦਾ ਤੇ ਇਸੇ ਪਾਣੀ ਤੋਂ ਹੀ ਭਾਫ਼ ਬਣਾ ਕੇ ਫਿਰ ਟਰਬਾਈਨ ਘੁਮਾਈ ਜਾਂਦੀ ਹੈ ਜੀ। ਪਰਾਲੀ ਦਾ ਕੰਮ ਬਸ ਇੰਨਾ ਹੀ ਹੁੰਦਾ ਵੀ ਬਾਲਣ ਦਾ ਕੰਮ ਹੀ ਲੈਂਦੇ ਇਸ ਤੋਂ ਤੇ ਜਿਹੜਾ ਇਸ ਤੋਂ ਅਗਲਾ ਕੰਮ ਆ ਜੀ ਉਹ ਉਸੇ ਤਰ੍ਹਾਂ ਹੀ ਭਾਫ਼ ਬਣਾ ਕੇ ਤੇ ਭਾਫ਼ ਤੋਂ ਹੀ ਕੰਮ ਲਿਆ ਜਾਂਦਾ ਜੀ। ਤੇ ਆਜੋ ਆਪਾਂ ਇਸ ਤੋਂ ਬਾਅਦ ਜਿਹੜਾ ਇਹ ਵਾਲਾ ਯੂਨਿਟ ਲੱਗਾ ਹੋਇਆ ਜੀ ਜਿੱਥੇ ਭਾਫ਼ ਦੀ ਵਰਤੋਂ ਕਰਕੇ ਬਿਜਲੀ ਬਣਦੀ ਹੈ ਉੱਥੇ ਚੱਲਦੇ ਹਾਂ ਜੀ। ਸਭ ਤੋਂ ਪਹਿਲਾਂ ਆਪਾਂ ਚੱਲਾਂਗੇ ਜੀ ਕੰਟਰੋਲ ਰੂਮ ਦੇ ਵਿੱਚ, ਕਿਉਂਕਿ ਪਹਿਲਾ ਸੈਕਸ਼ਨ ਸੀਗਾ ਪਰਾਲੀ ਵਾਲਾ, ਉਸ ਤੋਂ ਬਾਅਦ ਕੰਟਰੋਲ ਰੂਮ, ਤੇ ਤੀਜਾ ਹੈਗਾ ਆਪਾਂ ਕਹਿ ਸਕਦੇ ਵੀ ਪ੍ਰੋਡਕਸ਼ਨ ਯੂਨਿਟ। ਤੇ ਆਜੋ ਆਪਾਂ ਤੁਹਾਨੂੰ ਇੱਥੇ ਦਿਖਾਉਣੇ ਆ ਜੀ, ਜਿਵੇਂ ਇੱਥੇ ਦੇਖ ਰਹੇ ਹੋ ਕਿ ਜਿੰਨਾ ਵੀ ਇੱਥੇ ਸਿਸਟਮ ਲੱਗਾ ਹੋਇਆ ਜੀ, ਕੁਛ ਇੱਥੇ ਮੁਲਾਜ਼ਮ ਬੈਠੇ ਆ ਨਿਗਰਾਨੀ ਤੇ, ਜਿਨ੍ਹਾਂ ਦੇ ਸਾਹਮਣੇ ਕੰਪਿਊਟਰ ਦੀਆਂ ਸਕਰੀਨਾਂ ਚੱਲਦੀਆਂ ਪਈਆਂ, 24 ਘੰਟੇ ਇੱਥੇ ਡਿਊਟੀ ਦਿੰਦੇ ਆ ਜੀ। ਜੋ ਤੁਸੀਂ ਇੱਥੇ LED ਤੇ ਅੱਗ ਵੇਖ ਰਹੇ ਹੋ ਇਹ ਉਹੀ ਕੈਮਰਾ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਫਰਨਸ ਦੇ ਵਿੱਚ, ਤੇ ਕੁਝ ਕੈਮਰੇ ਲੱਗੇ ਹੋਏ ਆ ਭੱਠੀ ਦੇ ਵਿੱਚ, ਉਸ ਪਰਾਲੀ ਨੂੰ ਵੇਖਦੇ ਆ ਡਿੱਗਦੀ ਨੂੰ ਕਿ ਕਿਸ ਤਰ੍ਹਾਂ ਸਹੀ ਜਾ ਰਹੀ ਆ ਜਾਂ ਨਹੀਂ ਜਾ ਰਹੀ, ਚੋਕ ਵਗੈਰਾ, ਯਾਨੀ ਕਿ ਜੋ ਵੀ ਇਹਨਾਂ ਨੂੰ ਟੈਕਨੀਸ਼ੀਅਨ ਨੂੰ ਪਤਾ ਹੋਊਗਾ। ਜਿੰਨਾ ਵੀ ਤੁਸੀਂ ਇੱਥੇ ਸਿਸਟਮ ਦੇਖ ਰਹੇ ਹੋ ਇਹ ਸਾਰਾ ਸਿਸਟਮ ਇੱਥੇ ਜਿਹੜਾ ਗਰਿੱਡ ਦੀ ਪਾਵਰ ਸਪਲਾਈ ਆ ਉਹਦੇ ਨਾਲ ਸਿੰਕ ਕੀਤਾ ਹੋਇਆ, ਯਾਨੀ ਕਿ ਜੋੜਿਆ ਗਿਆ। ਇੱਥੇ ਗਰਿੱਡ ਦੀ ਸਪਲਾਈ ਵੀ ਆਉਂਦੀ ਆ ਤੇ ਦੂਸਰੀ ਜਿਹੜੀ ਇੱਥੇ ਖੁਦ ਦੀ ਬਣਦੀ ਸਪਲਾਈ ਆ ਉਹ ਵੀ ਆਉਂਦੀ ਆ, ਤੇ ਉਹਨਾਂ ਦੋਨਾਂ ਨੂੰ ਫਿਰ ਸਿੰਕ ਕਰਕੇ ਜੋੜਿਆ ਜਾਂਦਾ ਜੀ। ਯਾਨੀ ਇੱਥੇ ਸਿਸਟਮ ਮੈਂ ਤੁਹਾਨੂੰ ਜੇ ਮੋਟਾ ਮੋਟਾ ਦੱਸ ਦੇਵਾਂ ਵੀ ਜਦੋਂ ਇੱਥੇ ਜਿੰਨੀਆਂ ਵੀ ਫੈਕਟਰੀਆਂ ਲੱਗੀਆਂ ਜੇ ਉਸ ਤੋਂ ਬਿਜਲੀ ਵੱਧ ਜਾਂਦੀ ਆ, ਯਾਨੀ ਕਿ ਉਹਨਾਂ ਨੂੰ ਚਲਾਉਣ ਤੋਂ ਬਾਅਦ ਬਿਜਲੀ ਵੱਧ ਜਾਂਦੀ ਉਹ ਵਾਪਸ ਗਰਿੱਡ ਨੂੰ ਭੇਜ ਦਿੰਦੇ ਆ, ਜੇਕਰ ਜ਼ਿਆਦਾ ਬਿਜਲੀ ਦੀ ਖਪਤ ਹੁੰਦੀ ਆ ਤੇ ਫਿਰ ਇਹ ਗਰਿੱਡ ਤੋਂ ਵਾਪਸ ਸਪਲਾਈ ਲੈ ਲੈਂਦੇ ਆ। ਜਿਵੇਂ ਕਿ ਇੱਕ ਔਨ ਗਰਿੱਡ ਸੋਲਰ ਆਪਣੇ ਘਰੇ ਲੱਗਾ ਹੁੰਦਾ ਨੈੱਟ ਮੀਟਰ ਦੇ ਨਾਲ, ਸੇਮ ਉਸੇ ਤਰ੍ਹਾਂ ਇਸ ਸੈਕਸ਼ਨ ਦਾ ਕੰਮ ਆ ਜੀ। ਹਾਂ ਬਸ ਇਹ ਆ ਵੀ ਇਹ ਮੈਗਾਵਾਟ ਦੇ ਵਿੱਚ ਇੱਥੇ ਚੱਲਦਾ, ਤੇ ਜਿੰਨੇ ਤੁਸੀਂ ਇੱਥੇ ਆਪਰੇਟਰ ਵੇਖ ਰਹੇ ਹੋ 24 ਘੰਟੇ ਇਹਨਾਂ ਨੇ ਨਿਗਰਾਨੀ ਰੱਖਣੀ ਆ ਕਿ ਕੋਈ ਵੀ ਪ੍ਰੋਬਲਮ ਆਉਂਦੀ ਆ ਨਾਲ ਦੀ ਨਾਲ ਹੀ ਉਸ ਕੰਮ ਨੂੰ ਸਹੀ ਕੀਤਾ ਜਾਵੇ। ਇਸ ਤੋਂ ਅਗਲਾ ਜਿਹੜਾ ਸੈਕਸ਼ਨ ਆ ਗਿਆ ਜੀ ਉਹ ਆ ਗਿਆ ਜੀ ਪ੍ਰੋਡਕਸ਼ਨ ਯੂਨਿਟ, ਜਿੱਥੇ ਕਿ ਬਿਜਲੀ ਤਿਆਰ ਹੁੰਦੀ ਆ, ਯਾਨੀ ਕਿ ਜਿਹੜੀ ਪਰਾਲੀ ਬਲੀ ਸੀ ਉਸ ਤੋਂ ਬਾਅਦ ਭਾਫ਼ ਬਣੀ ਸੀ ਉਹ ਸਾਰੀ ਭਾਫ਼ ਇੱਥੇ ਆ ਜਾਂਦੀ ਆ ਜੀ। ਇੱਥੇ ਲੱਗੀ ਹੋਈ ਹੈ ਜੀ ਟਰਬਾਈਨ, ਜੋ ਕਿ ਭਾਫ਼ ਸੀ ਇਸ ਨੂੰ ਟਰਬਾਈਨ ਨੂੰ ਘੁਮਾਉਂਦੀ ਆ। ਟਰਬਾਈਨ ਦੇ ਵਿੱਚ ਬਲੇਡ ਲੱਗੇ ਹੋਏ ਆ, ਤੁਸੀਂ ਮੋਟਾ ਪਾਈਪ ਦੇਖ ਰਹੇ ਹੋ ਅਲਮੀਨੀਅਮ ਦਾ, ਇਹਨੂੰ ਕਵਰ ਕਰਕੇ ਹਰੇ ਰੰਗ ਦੀ ਆ ਜੀ ਟਰਬਾਈਨ, ਜਿਹਨੂੰ ਆਪਾਂ ਟਰਬੋ ਵੀ ਕਹਿ ਦਿੰਦੇ ਹਾਂ। ਜਿਵੇਂ ਟਰਬੋ ਦੇ ਵਿੱਚ ਹਵਾ ਵੱਜਦੀ ਹੈ ਅਤੇ ਉਹ ਘੁੰਮਦਾ ਹੁੰਦਾ ਨਾ ਹਾਈ ਸਪੀਡ ਦਾ, ਉਸੇ ਤਰ੍ਹਾਂ ਹੀ ਇਹ ਘੁੰਮਦਾ ਜੀ। ਇਹਦੇ ਜਿਹੜੇ ਚੱਕਰ ਆ ਇਹ 7200 ਚੱਕਰ ਆ ਇਸ ਟਰਬਾਈਨ ਦੇ, 7200 ਚੱਕਰ ਨੂੰ ਫਿਰ ਤੁਸੀਂ ਨੀਲੇ ਰੰਗ ਦਾ ਗੇਅਰ ਬਾਕਸ ਦੇਖ ਰਹੇ ਹੋ, ਇਹ ਗੇਅਰ ਬਾਕਸ ਦੇ ਚੱਕਰ ਘੱਟ ਕਰ ਦਿੰਦਾ, ਇਹਦੇ ਚੱਕਰ ਇੱਥੇ ਰਹਿ ਜਾਂਦੇ ਆ ਜੀ 1500। ਉਸ ਤੋਂ ਬਾਅਦ ਇਹਦੇ ਨਾਲ ਹੀ ਲੱਗਾ ਹੋਇਆ ਜੀ ਆਹ ਵਾਲਾ ਜਨਰੇਟਰ ਸੈੱਟ, ਕਿਉਂਕਿ ਆਪਾਂ ਛੋਟੇ ਛੋਟੇ ਜਨਰੇਟਰ ਤਾਂ ਦੇਖੇ ਆ, ਲੇਕਿਨ ਆਹ ਵਾਲਾ ਜਿਹੜਾ ਜਨਰੇਟਰ ਆ ਤੁਸੀਂ ਪਹਿਲੀ ਵਾਰ ਵੇਖ ਰਹੇ ਹੋਗੇ, ਜਿਹੜਾ ਕਿ 15 ਮੈਗਾਵਾਟ ਦਾ। ਇੱਥੇ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ, ਤੁਸੀਂ ਇੱਥੇ ਦੇਖ ਰਹੇ ਹੋ ਜੀ ਆਊਟਪੁੱਟ ਜਿਹੜੀ ਇਹਦੀ ਹੈਗੀ ਆ 18750 KVA, ਅਤੇ ਪਾਵਰ ਫੈਕਟਰ 8 ਦੇ ਹਿਸਾਬ ਨਾਲ ਇਹ 15 ਮੈਗਾਵਾਟ ਬਣਦਾ। ਸਪੀਡ ਦੇ ਚੱਕਰ ਤੁਸੀਂ ਵੇਖ ਰਹੇ ਹੋ ਜੀ 1500 ਚੱਕਰ ਇਹਦੇ 1 ਮਿੰਟ ਦੇ ਆ। ਪੂਰੀ ਡਿਟੇਲ ਇੱਥੇ ਇਹਦੀ ਲਿਖੀ ਹੋਈ ਆ ਜੀ, ਮੈਂ ਨੰਬਰ ਪਲੇਟ ਇੱਥੇ ਲਗਾਈ ਆ, ਜੇਕਰ ਤੁਹਾਨੂੰ ਜ਼ਿਆਦਾ ਡਿਟੇਲ ਚਾਹੀਦੀ ਆ ਵੀਡੀਓ ਰੋਕ ਕੇ ਤੁਸੀਂ ਇਹਦਾ ਸਕਰੀਨਸ਼ੋਟ ਲੈ ਸਕਦੇ ਹੋ ਜੀ। ਅਤੇ ਮੈਂ ਚਾਰਜ ਫਿਰ ਇੱਕ ਵਾਰੀ ਤੁਹਾਨੂੰ ਇਹਦੀ ਵੀਡੀਓ ਬਣਾ ਕੇ ਦਿਖਾਉਣਾ ਜੀ। ਇਹ ਇਸ ਤਰ੍ਹਾਂ ਦਾ ਜਨਰੇਟਰ ਆ ਜੀ, ਬਹੁਤ ਹੀ ਵੱਡਾ ਜਨਰੇਟਰ ਆ, ਜੋ ਕਿ 2 ਲੱਖ ਯੂਨਿਟ ਬਣਾ ਦਿੰਦਾ ਜੀ 24 ਘੰਟਿਆਂ ਦੇ ਵਿੱਚ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੱਡੀ ਕੁ ਵੱਡੀ ਇਹ ਮਸ਼ੀਨ ਹੋਊਗੀ। ਅਤੇ ਇਹ ਪੂਰਾ ਸੈਟਅਪ ਸੀ, ਇੱਥੇ ਗਰਮੀ ਬਹੁਤ ਜ਼ਿਆਦਾ ਸੀ ਕਿਉਂਕਿ ਇੱਥੇ ਜਿਹੜੀ ਸਟੀਮ ਆਉਂਦੀ ਆ ਉਹਦੇ ਕਰਕੇ ਇੱਥੇ ਕਾਫੀ ਜ਼ਿਆਦਾ ਗਰਮੀ ਸੀ। ਅਤੇ ਮੈਂ ਜਲਦੀ ਜਲਦੀ ਇੱਥੇ ਵੀਡੀਓ ਰਿਕਾਰਡ ਕਰਕੇ ਤੁਹਾਨੂੰ ਵਿਖਾ ਰਿਹਾ ਜੀ। ਇਸ ਤੋਂ ਬਾਅਦ ਜਦੋਂ ਜਨਰੇਟਰ ਨੇ ਬਿਜਲੀ ਬਣਾਈ, ਇਹ 11000 ਵੋਲਟੇਜ ਬਣਾਉਂਦਾ ਜੀ, 11000 ਵੋਲਟੇਜ। ਆਮ ਜਿਹੜੇ ਜਨਰੇਟਰ ਹੁੰਦੇ ਉਹ 440 ਵੋਲਟੇਜ ਬਣਾਉਂਦੇ ਆ, 11000 ਵੋਲਟੇਜ ਦੀ ਸਪਲਾਈ ਦਿੰਦਾ। ਅਤੇ ਇਸ ਤੋਂ ਬਾਅਦ ਜਿਹੜੀ ਸਟੀਮ ਬਾਕੀ ਬਚਦੀ ਆ ਕਈ, ਕਿਉਂਕਿ ਸਾਰੀ ਸਟੀਮ ਤਾਂ ਇੱਥੇ ਲੱਗਦੀ ਨਹੀਂ, ਫਿਰ ਉਹਨੂੰ ਫਿਰ ਆਹ ਵਾਲਾ ਇਹਨੂੰ ਕਹਿੰਦੇ ਜੀ ਕੰਡੈਕਸਰ, ਇਹਦੇ ਵਿੱਚ ਇਹ ਬਾਕੀ ਸਟੀਮ ਨੂੰ ਖਿੱਚ ਲੈਂਦਾ ਅਤੇ ਉਹਨੂੰ ਫਿਰ ਪਾਣੀ ਬਣਾ ਦਿੰਦਾ। ਯਾਨੀ ਕਿ ਪਹਿਲਾਂ ਪਾਣੀ ਤੋਂ ਸਟੀਮ ਬਣੀ ਅਤੇ ਜਿਹੜੀ ਸਟੀਮ ਵੱਧ ਗਈ ਉਹ ਹਵਾ ਦੇ ਵਿੱਚ ਅਡਾਉਣ ਦੀ ਬਜਾਏ ਇਹਦੇ ਵਿੱਚ ਆ ਗਈ ਅਤੇ ਉਹਨੂੰ ਫਿਰ ਪਾਣੀ ਬਣਾਇਆ ਜਾਂਦਾ ਜੀ, ਅਤੇ ਉਹੀ ਪਾਣੀ ਫਿਰ ਭੱਠੀ ਦੇ ਵਿੱਚ ਭੇਜਿਆ ਜਾਂਦਾ ਦੁਬਾਰਾ ਸਟੀਮ ਬਣਾਉਣ ਦੇ ਲਈ। ਇਸ ਤਰ੍ਹਾਂ ਇਹ ਯਾਨੀ ਕਿ ਰੀਸਾਈਕਲ ਕੀਤਾ ਜਾਂਦਾ ਇਹਨਾਂ ਚੀਜ਼ਾਂ ਨੂੰ, ਕੁਸ਼ਕ ਨੂੰ, ਤਾਂ ਕਿ ਪਾਣੀ ਦੀ ਲਾਗਤ ਘੱਟ ਸਕੇ।
ਜਿਹੜਾ ਇਹ ਵਾਲਾ ਤੁਸੀਂ ਬਿਜਲੀ ਘਰ ਵੇਖ ਰਹੇ ਹੋ ਜੀ, ਇਹਦੇ ਵਿੱਚ ਜਿਹੜਾ ਗ੍ਰਿੱਡ ਤੋਂ ਸਪਲਾਈ ਆਉਂਦੀ ਹੈ ਅਤੇ ਇਹ 32 KVA ਦਾ ਸਿਸਟਮ ਆ ਅਤੇ ਇਸ ਨੂੰ ਘਟਾ ਕੇ 11 KVA ਬਣਾਉਂਦਾ, ਯਾਨੀ ਕਿ ਇੱਥੇ ਵੋਲਟੇਜ ਡਰੋਪ ਹੋ ਗਏ 11 KVA ਇਹਦੇ ਹੋ ਗਏ ਅਤੇ 11 KVA ਇਸ ਜਨਰੇਟਰ ਲਈ ਬਣਾਏ ਜਿਹੜਾ ਪਰਾਲੀ ਤੋਂ ਚੱਲਦਾ। ਅਤੇ ਤੁਸੀਂ ਵੇਖ ਰਹੇ ਹੋ ਕਿ ਇਹ ਵਾਲਾ ਜਿੰਨਾ ਵੀ ਸਿਸਟਮ ਆ ਜਿੱਥੇ ਅਲਮਾਰੀਆਂ ਪਈਆਂ ਇੱਥੇ ਦੋਨੋਂ ਸਪਲਾਈਆਂ ਇਕੱਠੀਆਂ ਹੋ ਜਾਂਦੀਆਂ ਜੀ। ਅਤੇ ਇਹ ਜਿੰਨੀਆਂ ਵੀ ਸਵਿੱਚ ਆ, ਇੱਕ ਇੱਕ ਸਵਿੱਚ ਆ, ਇਹ ਜਿਵੇਂ ਬਿਜਲੀ ਘਰ ਦੇ ਵਿੱਚ ਗ੍ਰਿੱਡ ਦੇ ਵਿੱਚ ਸਵਿੱਚ ਲੱਗੀਆਂ ਹੁੰਦੀਆਂ, ਸੇਮ ਉਸੇ ਤਰ੍ਹਾਂ ਇਹ ਸਵਿੱਚ ਆ। ਜਿੰਨੇ ਵੀ ਫੈਕਟਰੀ ਦੇ ਵਿੱਚ ਯੂਨਿਟ ਆ, ਹੈ ਨਾ, ਉਹਨਾਂ ਨੂੰ ਅਲੱਗ ਅਲੱਗ ਸਪਲਾਈ ਦਿੱਤੀ ਜਾਂਦੀ ਹੈ। ਜਿਵੇਂ ਆਪਾਂ ਕਹਿ ਦਿੰਦੇ ਵੀ ਫਲਾਨਾ ਫੀਡਰ, ਫਲਾਨਾ ਫੀਡਰ, ਯਾਨੀ ਕਿ ਇਹ ਫੀਡਰਾਂ ਨੂੰ ਸਪਲਾਈ ਇੱਥੋਂ ਜਾਂਦੀ ਹੈ ਜੀ। ਇਸ ਤਰ੍ਹਾਂ ਇਹ ਪੂਰਾ ਸਿਸਟਮ ਆ ਜੀ ਪਰਾਲੀ ਤੋਂ ਬਿਜਲੀ ਬਾਲਣ ਦਾ। ਇਸ ਤੋਂ ਬਾਅਦ ਵੀਡੀਓ ਸਕਿੱਪ ਨਾ ਕਰਿਓ, ਮੈਂ ਤੁਹਾਨੂੰ ਅੱਗੇ ਹੋਰ ਚੀਜ਼ ਦਿਖਾਉਣਾ। ਕਿਉਂਕਿ ਦੇਖੋ ਜਿਹੜਾ ਫੈਕਟਰੀ ਦੇ ਵਿੱਚੋਂ ਪਰਾਲੀ ਬਲੀ ਉਹਦਾ ਧੂੰਆਂ ਨਿਕਲਦਾ, ਧੂੰਏ ਨੂੰ ਵੀ ਫਿਰ ਫਿਲਟਰ ਕੀਤਾ ਜਾਂਦਾ। ਦੇਖੋ ਹੁਣ ਤੁਸੀਂ ਇੱਥੇ ਚਿੱਟੇ ਰੰਗ ਦਾ ਧੂੰਆਂ ਨਿਕਲਦਾ ਜੀ, ਜੇਕਰ ਇਹ ਫਿਲਟਰ ਨਾ ਕੀਤਾ ਹੋਊਗਾ ਤਾਂ ਇਹ ਕਾਲੇ ਰੰਗ ਦਾ ਧੂੰਆਂ ਹੁੰਦਾ। ਚਿੱਟੇ ਰੰਗ ਦਾ ਧੂੰਆਂ ਬਣਾਉਣ ਦੇ ਲਈ ਇੱਕ ਫਿਲਟਰ ਲਗਾਇਆ ਜਾਂਦਾ ਜੀ। ਇਹਦੇ ਲਈ ਮੈਂ ਤੁਹਾਨੂੰ ਸਾਹਮਣੇ ਦਿਖਾਉਣਾ ਚਾਹੁੰਦਾ ਜੀ, ਜਦੋਂ ਅੱਗ ਬਲਦੀ ਹੈ ਉਹਦਾ ਧੂੰਆਂ ਹੋਇਆ ਅਤੇ ਉਹ ਧੂੰਆਂ ਇਸ ਚੌਰਸ ਪਾਈਪ ਦੇ ਰਾਹੀਂ ਇਹਨਾਂ 3 ਹੋਪਰਾਂ ਦੇ ਵਿੱਚ ਆ ਜਾਂਦਾ। ਅਤੇ ਇਹ 3 ਹੋਪਰਾਂ ਦੇ ਵਿੱਚ ਜਿੰਨਾ ਵੀ ਭਾਰੀ ਪਦਾਰਥ ਹੁੰਦੇ ਆ ਧੂੰਏ ਦੇ ਵਿੱਚ, ਜੋ ਵੀ ਪਰਾਲੀ ਦੇ ਅੰਸ਼ ਹੁੰਦੇ ਉਹ ਥੱਲੇ ਡਿੱਗ ਪੈਂਦੇ ਆ। ਅਤੇ ਦੂਜੇ ਪਾਸੇ ਤੁਸੀਂ ਦੇਖੋ ਕਿ ਇੱਕ ਬੈਂਡ ਪਾਇਆ ਹੋਇਆ, ਉਹਦੇ ਰਾਹੀਂ ਜਿਹੜਾ ਧੂੰਆਂ ਉਹ ਖਿੱਚਿਆ ਜਾਂਦਾ। ਅਤੇ ਇਹਦੇ ਲਈ ਇੱਕ ਮੋਟਰ ਲਗਾਈ ਜਾਂਦੀ ਹੈ, ਯਾਨੀ ਕਿ ਸੂਤਾ ਮਾਰਦੇ ਆ ਧੂੰਏ ਨੂੰ ਉੱਥੋਂ, ਹਵਾ ਹਵਾ ਸਾਰੀ ਇੱਥੇ ਇਹ ਵਾਲੀ ਜਿਹੜੀ ਮੋਟਰ ਆ ਉਹ ਖਿੱਚ ਲੈਂਦੀ ਆ ਅਤੇ ਉਹ ਚਿਮਨੀ ਦੇ ਰਾਹੀਂ ਬਾਹਰ ਭੇਜੀ ਜਾਂਦੀ ਆ। ਅਤੇ ਜਿੰਨੇ ਵੀ ਪਰਾਲੀ ਦੇ ਭਾਰੇ ਅੰਸ਼ ਹੁੰਦੇ ਆ, ਤੱਤ ਹੁੰਦੇ ਆ ਆਪਣੇ, ਜੋ ਵੀ ਡੱਕਾ ਡੱਲਾ ਹੁੰਦਾ, ਹੈ ਨਾ, ਉਹ ਸਾਰਾ ਫਿਰ ਜਿਵੇਂ ਆਪਾਂ ਵੀਡੀਓ ਦੇ ਸ਼ੁਰੂ ਵਿੱਚ ਤੁਹਾਨੂੰ ਵਿਖਾਈ ਸੀ, ਕਨਵੇਅਰ ਜਿਹਦੇ ਵਿੱਚ ਸਵਾਹ ਜਾਂਦੀ ਸੀ ਉਹਦੇ ਵਿੱਚ ਹੀ ਵਾਪਸ ਭੇਜ ਦਿੰਦੇ ਆ। ਅਤੇ ਇੱਥੇ ਇਸ ਲਈ ਚਿੱਟੇ ਰੰਗ ਦਾ ਧੂੰਆਂ ਹੁੰਦਾ ਜੀ, ਇਹਦਾ ਪ੍ਰਦੂਸ਼ਣ ਬਹੁਤ ਘੱਟ ਹੁੰਦਾ ਚਿੱਟੇ ਰੰਗ ਦਾ, ਅਤੇ ਜਿਹੜਾ ਕਾਲੇ ਰੰਗ ਦਾ ਧੂੰਆਂ ਹੁੰਦਾ ਉਹਦਾ ਬਹੁਤ ਜ਼ਿਆਦਾ ਪ੍ਰਦੂਸ਼ਣ ਹੁੰਦਾ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ। ਅੱਜ ਦੀ ਵੀਡੀਓ ਆਪਣੀ ਇੰਨੀ ਸੀ ਜੀ, ਇਹੋ ਜਿਹੀਆਂ ਹੋਰ ਜਾਣਕਾਰੀ ਵਾਲੀਆਂ ਵੀਡੀਓ ਵੇਖਣ ਦੇ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ, ਸਾਡੇ ਪੇਜ ਨੂੰ ਫੋਲੋ ਲਾਜ਼ਮੀ ਕਰਿਓ ਜੀ। ਧੰਨਵਾਦ ਜੀ।